ਸਾਡੇ ਮੀਡੀਆ ਦੇ ਕਰਮੀ ਸਾਹਿਬਾਨ ਆਏ ਆ, ਮੈਂ ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਕਿਉਂ ਬਿਕੋਜ਼ ਬਹੁਤ ਹੀ ਛੋਟੇ ਜਿਹੇ ਸ਼ੋਰਟ ਨੋਟਿਸ 'ਤੇ ਜਿਹੜਾ ਹੈ ਅਸੀਂ ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਰੋਪੜ ਦੇ ਦਫ਼ਤਰ 'ਚ ਰੱਖੀ ਹੈ, ਜਿਹੜਾ ਅੱਜ ਦਾ ਵਿਸ਼ਾ ਹੈਗਾ ਤੁਹਾਡੇ ਨਾਲ ਡਿਸਕਸ ਕਰਨ ਦਾ, ਉਹ ਜਿਹੜਾ ਸਭ ਤੋਂ ਮੇਨ ਇਸ਼ੂ ਆ ਉਹ ਤਾਂ ਹੈਗਾ ਬਜਟ ਦਾ, ਕਿਉਂਕਿ ਨਰਿੰਦਰ ਮੋਦੀ ਸਰਕਾਰ ਦਾ ਜਿਹੜਾ ਬਜਟ 3.0 ਹੈ ਉਹ ਰੀਸੈਂਟਲੀ ਜਿਹੜਾ ਇੰਪਲੀਮੈਂਟ ਹੋਇਆ ਦੇਸ਼ ਦੇ ਵਿੱਚ ਲੋਕ ਸਭਾ ਦੇ ਵਿੱਚ, ਜਿਹੜਾ ਇਹ ਜਿਹੜਾ ਬਜਟ ਹੈ ਉਹ ਇੱਕ ਨਵੇਂ ਰੂਪ ਦੇ ਵਿੱਚ ਤਿਆਰ ਕਰਕੇ ਦਿੱਤਾ ਗਿਆ, ਜਿੱਥੇ ਕਈ ਅਜਿਹੇ ਖਿੱਤੇ ਸੀਗੇ ਜਿਨ੍ਹਾਂ ਨੂੰ ਲਾਗੂ ਰੱਖਿਆ ਗਿਆ, ਜਿਨ੍ਹਾਂ ਨੂੰ ਦੁਬਾਰਾ ਤੋਂ 5 ਸਾਲ ਦੇ ਲਈ ਐਕਸਟੈਂਡ ਕੀਤਾ ਗਿਆ, ਅਤੇ ਕਈ ਇੱਦਾਂ ਦੀਆਂ ਨਵੀਆਂ ਚੀਜ਼ਾਂ ਨੇ ਜਿਹੜੀਆਂ ਕਿ ਪੁਰਾਣੀਆਂ ਚੀਜ਼ਾਂ ਨੂੰ ਰਿਵੀਲ ਕਰਦੀਆਂ ਨੇ ਔਰ ਉਹਨਾਂ ਦੇ ਨਾਲ ਨਵੀਆਂ ਚੀਜ਼ਾਂ ਨੂੰ ਅਪਡੇਸ਼ਨ ਦਿੱਤੀ ਗਈ ਹੈ। ਫੋਰ ਐਗਜ਼ਾਮਪਲ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗਾ ਤੁਹਾਡੇ ਨਾਲ ਮੁਦਰਾ ਯੋਜਨਾ ਦੀ। ਮੁਦਰਾ ਯੋਜਨਾ ਬੇਸਿਕਲੀ ਜਿਹੜੀ ਯੰਗਸਟਰਸ ਨੂੰ ਜਿਹੜੀ ਹੈ ਉਹ ਇੰਪਲੀਮੈਂਟੇਸ਼ਨ ਕਰਨ ਦੇ ਉਹਦੇ 'ਚ ਸੀਗੀ ਕਿ ਇੰਪਲੋਇਮੈਂਟ ਅਤੇ ਸੈਲਫ ਇੰਪਲੋਇਮੈਂਟ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਜੋੜਿਆ ਜਾਵੇ। ਇਹਦੇ ਲਈ ਸਪੈਸ਼ਲੀ ਤੌਰ 'ਤੇ ਜਿਹੜਾ ਹੈ ਇਸ ਦੇ ਵਿੱਚ ਬਜਟ ਦੇ ਵਿੱਚ ਜਿਹੜੀ 10 ਲੱਖ ਦੀ ਪ੍ਰੋਵੀਜ਼ਨ ਸੀਗੀ ਉਹਨੂੰ ਡਬਲ ਕਰ ਦਿੱਤਾ ਗਿਆ, ਸੋ ਦੈਟ ਕਿ 20 ਲੱਖ ਜਿਹੜੀ ਆ ਉਹ ਮੁਦਰਾ ਯੋਜਨਾ ਦੀ ਜਿਹੜੀ ਇੱਕ ਰਕਮ ਆ ਉਹ ਕਰ ਦਿੱਤੀ ਗਈ ਹੈ। ਸੋ ਇਫ ਐਨੀਬਡੀ ਵਾਂਟਸ ਟੂ ਸਟਾਰਟ ਰਹਿ ਜਾਂਦੇ ਸੀ ਬੇਸਿਕ ਕਮਿਊਨਿਟੀਜ਼ ਤੋਂ, ਉਹਦੇ ਲਈ ਸਰਕਾਰ ਨੇ ਜਿਹੜਾ ਹੈ ਉਹ ਰੱਖ ਰਖਾਅ ਜਿਹੜਾ ਹੈ 80 ਕਰੋੜ ਲੋਕਾਂ ਨੂੰ ਫਾਇਦਾ ਦੇਣ ਲਈ ਜਿਹੜਾ 5 ਸਾਲ ਲਈ ਵਧਾ ਦਿੱਤਾ ਗਿਆ। ਸੋ ਬੇਸਿਕਲੀ ਇਹ ਉਹ ਪੁਆਇੰਟ ਸੀਗੇ ਬਜਟ ਦੇ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਲਈ, ਲੋਕਾਂ ਦੇ ਪ੍ਰਤੀ ਅਤੇ ਆਮ ਜਨਤਾ ਨੂੰ ਸੁੱਖ ਸਹੂਲਤ ਦੇਣ ਦੇ ਲਈ ਗੱਲ ਕੀਤੀ ਗਈ ਹੈ। ਨੂੰ ਜਾਂ ਨਵੇਂ ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਦਏਗਾ, ਐਜ ਵੈਲ ਐਜ 6,000 ਰੁਪਏ ਦਾ ਜਿਹੜਾ ਹੈ ਵਨ ਟਾਈਮ, ਇਹ ਇੱਕ ਵਾਰ ਦਾ ਜਿਹੜਾ ਹੈ ਜਿਹੜਾ ਅਲਾਉਂਸ ਹੈ ਉਹ ਵੀ ਜਿਹੜਾ ਡਿਊਰਿੰਗ ਦੀ ਇੰਟਰਨਸ਼ਿਪ ਉਹ ਮਿਲਣਾ ਹੈਗਾ। ਇਸ ਤੋਂ ਬਾਅਦ ਜਦੋਂ ਇੰਟਰਨਸ਼ਿਪ ਖਤਮ ਹੋ ਜਾਂਦੀ ਹੈ ਅਤੇ ਜਦੋਂ ਕੋਈ ਨੌਜਵਾਨ ਹੈ ਜਿਹੜਾ ਉਹ ਨਵੀਂ ਜੋਬ ਦੇ ਵਿੱਚ ਆ ਜਾਂਦਾ ਤਾਂ 15,000 ਰੁਪਏ ਦਾ ਫਸਟ ਟਾਈਮ ਜਿਹੜਾ ਹੈ ਫਸਟ ਸੈਲਰੀ ਦੇ ਨਾਲ 15,000 ਰੁਪਏ ਦੀ ਜਿਹੜੀ ਸਕੀਮ ਆ ਉਹ ਰੱਖੀ ਗਈ ਹੈ ਕਿ ਜਿਹੜੀ ਉਹ ਹਰੇਕ ਨੌਜਵਾਨ ਨੂੰ ਜਿਹੜੀ ਆ ਉਹ ਦਿੱਤੀ ਜਾਏਗੀ। ਸੋ ਮੈਂ ਸਮਝਦਾ ਕਿ ਇਹ ਪਿਛਲੀਆਂ ਸਰਕਾਰਾਂ ਵੀ ਰਹੀਆਂ ਨੇ ਕਿਉਂਕਿ ਲੰਮਾ ਸਮੇਂ ਤੋਂ NDA ਦੀ ਗੌਰਮੈਂਟ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਰਹੀਆਂ ਨੇ, ਕਿਉਂਕਿ ਹਰ ਸਰਕਾਰ ਦਾ ਜਦੋਂ ਵੀ ਇਹ ਜਿਹੜਾ ਬਜਟ ਦਾ ਸੈਸ਼ਨ ਆਉਂਦਾ ਤਾਂ ਮੋਦੀ ਸਾਹਿਬ ਦਾ ਸਪੈਸ਼ਲੀ ਮੋਦੀ ਸਰਕਾਰ ਦਾ ਇਹ ਵਿਜ਼ਨ ਰਿਹਾ ਕਿ ਜਿਹੜਾ ਨੌਜਵਾਨ ਹੈ, ਯੂਥ ਵਰਗ ਹੈ ਜਿਹੜਾ ਜਿਹੜਾ ਅੱਜ ਕਿਤੇ ਨਾ ਕਿਤੇ ਆਪਣੇ ਆਪ ਨੂੰ ਬੇਰੁਜ਼ਗਾਰ ਹੈ, ਕਿਉਂਕਿ ਇੱਕ ਵੱਡਾ ਵਿਸ਼ਾ ਜਿਹੜਾ ਹਿੰਦੁਸਤਾਨ ਦੇ ਵਿੱਚ ਉਹ ਬੇਰੁਜ਼ਗਾਰੀ ਦਾ ਮੰਨਿਆ ਜਾਂਦਾ ਰਿਹਾ। ਸੋ ਉਸ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ, ਨਵੇਂ ਸਟਾਰਟਅਪਸ ਨੂੰ ਹੁਲਾਰਾ ਦੇਣ ਲਈ ਇਹ ਇੱਕ ਸਭ ਤੋਂ ਵੱਡਾ ਜਿਹੜਾ ਹੈ ਬੈਨੀਫਿਸ਼ੀਅਲ ਪੁਆਇੰਟ ਹੈ। ਦੂਜਾ ਮੈਂ ਜੋ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਟੈਕਸ ਜਿਹੜੀ ਸਲੈਬਸ ਹੈ, ਟੈਕਸ ਸਲੈਬਸ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਹੈ ਇਹ ਇੱਕ ਪਾਇਆ ਗਿਆ ਕਿ ਟੈਕਸ ਸਲੈਬ ਹੈ ਇਨਕਰੀਜ਼ ਹੋ ਗਈ ਹੈ, ਲੇਕਿਨ ਮੈਂ ਤੁਹਾਨੂੰ ਉੱਥੇ ਦੱਸਣਾ ਚਾਹੁੰਦਾ ਕਿ ਅਰਾਊਂਡ 7.5 ਲੱਖ ਦੇ ਲਗਭਗ 7.75 ਲੱਖ ਉਹਦੇ ਉੱਤੇ ਜਿਹੜੀ ਹੈ ਜੇ ਜਿਹੜੇ ਬਿਜ਼ਨਸਮੈਨ ਹੈ ਜਿਹੜਾ ਆਪਣਾ ਛੋਟਾ ਕਾਰੋਬਾਰ ਕਰਦੇ ਆ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਐਂਟਰਪ੍ਰੀਨਿਓਰ ਬਣਨਾ ਚਾਹੁੰਦੇ ਆ, ਜੇ ਉਹ 87A ਸੈਕਸ਼ਨ 87A ਦੇ ਵਿੱਚ ਜੇ ਉਹ ਆਪਣੇ ਐਨੂਅਲੀ ਟੈਕਸ ਨੂੰ ਉਹ ਕਰਦੇ ਆ ਤਾਂ ਉਹਨਾਂ ਨੂੰ 20,000 ਰੁਪਏ ਦੀ ਡਾਇਰੈਕਟਲੀ ਰਿਬੇਟ ਆ ਜਿਹੜੀ ਉਹ ਇੱਥੇ ਰੱਖੀ ਗਈ ਆ। ਜਿੱਦਾਂ ਕਿ ਇੰਪਲੋਇਰਸ ਨੇ ਜਿਹੜੇ ਜਿਨ੍ਹਾਂ ਨੇ ਜੋਬ ਕਰਦੇ ਨੇ ਉਹਨਾਂ ਨੂੰ ਤਾਂ ਸਿੱਧਾ ਹੀ ਉਹਨਾਂ ਨੂੰ ਪਲੇਨ ਉਹ ਕਰ ਦਿੱਤਾ ਗਿਆ ਕਿ 7.5 ਲੱਖ ਤੱਕ ਉਹਨਾਂ ਨੇ ਸਿਰਫ ਔਰ ਸਿਰਫ 25,000 ਰੁਪਏ ਦੀ ਰਿਬੇਟ ਦੇ ਉੱਤੇ ਉਹਨਾਂ ਨੂੰ ਕਰਤਾ ਗਿਆ। ਸੋ ਜਿਹੜਾ ਹੁਣ ਮੈਂ ਗੱਲ ਕਰਨਾ ਚਾਹ ਰਿਹਾ ਸੀ ਕਿ ਬਜਟ ਦੇ ਵਿੱਚ ਟੈਕਸ ਸਲੈਬਸ ਨੂੰ ਇਨਕਰੀਜ਼ ਜਾਂ ਡਿਕਰੀਜ਼ ਕੀਤਾ ਗਿਆ,
ਉਹ ਅਕੋਰਡਿੰਗ ਟੂ ਲਿਵਿੰਗ ਸਟੈਂਡਰਡਸ ਕੀਤਾ ਗਿਆ, ਕਿਉਂਕਿ ਕੀ ਹੈ ਕਿ ਜਿਹੜੀ ਰੇਟ ਆਫ ਇਨਫਲੇਸ਼ਨ ਹੈ ਉਹ ਬੜੀ ਜ਼ਿਆਦਾ ਫਲਕਚੁਏਟ ਕਰ ਰਹੀ ਹੈ ਵਰਲਡ ਲੈਵਲ 'ਤੇ, ਔਰ ਉਸ ਨੂੰ ਧਿਆਨ ਦੇ ਵਿੱਚ ਹੀ ਰੱਖਦੇ ਹੋਏ ਜਿਹੜੀ ਟੈਕਸ ਲੈਬ ਹੈ ਉਹ ਸਾਡੀ ਆਨਰੇਬਲ ਜਿਹੜੇ ਮਿਨਿਸਟਰ ਨੇ ਉਹਨਾਂ ਨੇ ਬੜੇ ਧਿਆਨ ਨਾਲ, ਮਿਸ ਨਿਰਮਲਾ ਸੀਤਾਰਮਨ ਜੀ ਨੇ, ਮੈਂ ਕਹਾਂਗਾ ਬੜੇ ਵਧਾਈ ਦੇ ਪਾਤਰ, ਉਹਨਾਂ ਨੇ ਬੜੇ ਧਿਆਨ ਦੇ ਨਾਲ ਜਿਹੜੀ ਟੈਕਸ ਲੈਬ ਨੂੰ ਇਹ ਆਪਣੇ ਉਸ ਦਾਇਰੇ ਦੇ ਵਿੱਚ ਰੱਖਿਆ ਕਿ ਹਰ ਬੰਦੇ ਨੂੰ ਉਸ ਦਾਇਰੇ ਦੇ ਵਿੱਚ ਜਿਹੜਾ ਫਿੱਟ ਕੀਤਾ ਜਾ ਸਕੇ। ਤੀਜੀ ਮੈਂ ਗੱਲ ਕਰਾਂਗਾ ਐਗਰੀਕਲਚਰ ਦੀ, ਕਿਉਂਕਿ ਕਾਫੀ ਜ਼ਿਆਦਾ ਦੇਖਿਆ ਗਿਆ ਕਿ ਐਗਰੀਕਲਚਰ ਦੇ ਉੱਤੇ ਜ਼ਿਆਦਾ ਜਿਹੜਾ ਤਾਂ ਉਹ ਸਰਕਾਰ ਦਾ ਕਿਸ ਤਰ੍ਹਾਂ ਦਾ ਧਿਆਨ ਸੀ ਕਿ 1.52 ਲੱਖ ਕਰੋੜ ਦਾ ਤਾਂ ਕਿਸਾਨ ਸਨਮਾਨ ਨਿਧੀ ਹੈ ਜਿਹੜੀ ਮੈਂ ਜਿਹੜੀ ਗੱਲ ਕੀਤੀ ਹੈ ਕਿ ਉਹਨੂੰ ਜਿਹੜਾ ਹੈ 5 ਸਾਲ ਲਈ ਐਕਸਟੈਂਡ ਕੀਤਾ ਗਿਆ ਕਿਸਾਨ ਸਨਮਾਨ ਨਿਧੀ ਐਜ਼ ਇਟ ਇਜ਼, ਜਿੱਦਾਂ ਪਿਛਲੇ 10 ਸਾਲਾਂ ਤੋਂ ਪ੍ਰਧਾਨ ਮੰਤਰੀ ਜੀ ਦਿੰਦੇ ਆ ਰਹੇ ਸੀ ਉਹ ਉਸੇ ਤਰ੍ਹਾਂ ਬਿਲਕੁਲ ਇਨ ਬਿਨ ਲਾਗੂ ਰਹੇਗੀ, ਉਹ ਇਨ ਬਿਨ ਚੱਲਦੀ ਰਹੇਗੀ। ਔਰ ਜਿਹੜਾ ਬਜਟ ਸੈਸ਼ਨ ਹੈ ਉਹਦੇ ਵਿੱਚ ਕਿਸਾਨ ਦੇ ਕਿਸਾਨੀ ਬਜਟ ਨੂੰ ਇਨਕਰੀਜ਼ ਕਰਕੇ 21.6% ਆ ਜਿਹੜਾ ਇਨਕਰੀਜ਼ ਕੀਤਾ ਗਿਆ, ਜੋ ਕਿ ਲਗਭਗ 25,000 ਕਰੋੜ ਦਾ ਲਗਭਗ ਜਿਹੜਾ ਉਹ ਐਗਜ਼ਿਸਟਿੰਗ ਬਜਟ ਤੋਂ ਬਣ ਜਾਂਦਾ ਹੈਗਾ ਕਿ 25,000 ਕਰੋੜ ਦਾ ਵਾਧਾ ਜਿਹੜਾ ਹੈ ਉਹ ਕਿਸਾਨੀ ਬਜਟ ਦੇ ਵਿੱਚ ਕੀਤਾ ਗਿਆ। ਉਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਔਰਗੈਨਿਕ ਫਾਰਮਿੰਗ ਹੈ, ਜਿਹੜਾ ਸਭ ਤੋਂ ਜਿਹੜਾ ਮੈਂ ਸਮਝਦਾ ਕਿ ਫਾਰਮਿੰਗ ਦੇ ਵਿੱਚ ਬੁਲੇਟ ਪੁਆਇੰਟ ਹੈ, ਉਹ ਔਰਗੈਨਿਕ ਫਾਰਮਿੰਗ ਨੂੰ ਜਿਹੜਾ ਹੈ ਹੁਲਾਰਾ ਦੇਣ ਦੀ ਗੱਲ ਹੈ ਜਿਹੜੀ ਸਰਕਾਰ ਨੇ ਕੀਤੀ ਹੈ। ਉਹਦੇ ਲਈ ਉਹਨਾਂ ਨੇ ਕੀ ਕੀਤਾ ਕਿ ਮਾਈਕਰੋ ਫਰਟੀਲਾਈਜ਼ਰਸ ਜਿਹੜੀਆਂ ਨੇ, ਪੈਸਟੀਸਾਈਡਸ ਵੀ ਨੇ, ਉਹਨਾਂ ਦੀ ਸਪੋਰਟ ਲਿੱਤੀ ਗਈ ਹੈ, ਕਿਉਂਕਿ ਜਿਹੜਾ ਜੈਵਿਕ ਖਾਦਾਂ ਨੇ ਜਿਨ੍ਹਾਂ ਦੀ ਜ਼ਰੂਰਤ ਅੱਜ ਸਾਡੀ ਧਰਤੀ ਨੂੰ, ਉਹ ਕਿਤੇ ਨਾ ਕਿਤੇ ਇਸ ਮਾਧਿਅਮ ਦੇ ਰਾਹੀਂ, ਕਿਉਂਕਿ ਬਾਇਓ ਇਨਪੁੱਟ ਰਿਸੋਰਸਿਸ ਆ ਜਿਹੜੇ ਉਹਨਾਂ ਦੇ ਰਾਹੀਂ ਜੈਵਿਕ ਖਾਦਾਂ ਨੂੰ ਜਿਹੜਾ ਹੁਲਾਰਾ ਦਿੱਤਾ ਗਿਆ, ਤਾਂ ਕਿ ਜਿੱਦਾਂ ਕਿ ਗੰਡੋਇਆਂ ਦੀ ਖਾਦ ਹੈ ਜਾਂ ਹੋਰ ਕਈ ਇੱਦਾਂ ਦੀਆਂ ਖਾਦਾਂ ਨੇ ਜਿਹੜੀਆਂ ਕਿ ਪੱਤਿਆਂ ਤੋਂ ਜਾਂ ਕਿ ਸੋਲਿਡ ਵੇਸਟ ਤੋਂ ਬਣਦੀਆਂ ਨੇ, ਉਹਨਾਂ ਨੂੰ ਵਧਾਉਣ ਦੇ ਲਈ ਜਿਹੜਾ ਕਿ ਹੈ ਔਨਲਾਈਨ ਮਾਰਕੀਟਿੰਗ ਸਪੋਰਟਸ ਵੀ ਜਿਹੜੀ ਹੈ ਉਹ ਕੀਤੀ ਜਾਣੀ, ਕਿਉਂਕਿ ਜੇ ਜਿਹੜੀ ਔਰਗੈਨਿਕ ਫਾਰਮਿੰਗ ਹੁੰਦੀ ਹੈ, ਔਰਗੈਨਿਕ ਫਾਰਮਿੰਗ ਤਾਂ ਹੋ ਜਾਂਦੀ ਹੈ ਬਟ ਉਹ ਫਾਰਮਰ ਦੀ ਜਿਹੜੀ ਫਸਲ ਹੈ ਉਹਨੂੰ ਕਿਤੇ ਨਾ ਕਿਤੇ ਵੇਚਣ ਦੇ ਲਈ ਜਿਹੜੀ ਔਨਲਾਈਨ ਮਾਰਕੀਟਸ ਹੈ ਉਹਨਾਂ ਦੀ ਵੀ ਗੱਲ ਕੀਤੀ ਗਈ ਹੈ। ਅਤੇ ਨਾਲ ਦੀ ਨਾਲ 200 ਬਾਇਓਗੈਸ ਪਲਾਂਟਸ ਜਿਹੜੇ ਕਿ ਨੌਰਦਰਨ ਰੀਜਨ ਦੇ ਵਿੱਚ ਲੱਗਣੇ ਆ, ਉਹ ਉਹਨਾਂ ਨੇ ਸਪੈਸ਼ਲੀ ਜਿਹੜਾ ਹੈ ਆਨਰੇਬਲ ਫਾਈਨਾਂਸ ਮਿਨਿਸਟਰ ਨੇ ਗੱਲ ਕੀਤੀ ਹੈ ਕਿ 200 ਬਾਇਓਗੈਸ ਪਲਾਂਟਸ ਅਤੇ 300 ਜਿਹੜੇ ਕਲਸਟਰ ਪਲਾਂਟਸ ਆ ਜਿਹੜੇ ਉਹ ਲਗਾਏ ਜਾਣੇ ਆ ਵਿਦ ਹੈਲਪ ਆਫ 10,000 ਕਰੋੜ, ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਲਗਾਤਾਰ ਜਿਹੜਾ ਹੈ ਪੈਸਟੀਸਾਈਡਸ ਅਤੇ ਵੈਡੀਸਾਈਡਸ ਦੇ ਨਾਲ ਆ ਜਿਹੜਾ ਉਹ ਧਰਤੀ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਕਿਤੇ ਨਾ ਕਿਤੇ ਫਸਲਾਂ ਦੇ ਵਿੱਚ ਵੀ ਉਹਦੇ ਜਿਹੜੇ ਆ ਦੁਸ਼ਪ੍ਰਭਾਵ ਆ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਆ। ਸੋ ਇਹਦੇ ਲਈ ਔਰਗੈਨਿਕ ਫਾਰਮਿੰਗ ਨੂੰ ਇਨਕਰੀਜ਼ ਕਰਨ ਦੀ ਗੱਲ ਕੀਤੀ ਹੈ। ਨੈਕਸਟ ਜੇ ਮੈਂ ਜਾਵਾਂ ਵੁਮੈਨ ਇੰਪਾਵਰਮੈਂਟ 'ਤੇ, ਤਾਂ 3 ਲੱਖ ਕਰੋੜ ਦਾ ਜਿਹੜਾ ਹੈ ਬਜਟ ਆ ਜਿਹੜਾ ਸਪੈਸੀਫਿਕਲੀ ਗਰਲਜ਼ ਔਰ ਲੇਡੀਜ਼ ਦੇ ਵਾਸਤੇ ਰੱਖਿਆ ਗਿਆ। ਇਹਦੇ ਵਿੱਚ ਜਿਹੜੇ ਇੰਡੀਆ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਜਿਹੜਾ ਹੈ ਉਹ ਹੋਸਟਲਸ ਵੀ ਬਣਾਉਣੇ ਆ, ਹੋਸਟਲਸ ਤੋਂ ਇਲਾਵਾ ਯਾਨੀ ਕਿ ਜਿਹੜੇ ਸਵੈ ਰੁਜ਼ਗਾਰ ਦੇ ਜਿਹੜੇ ਬਹੁਤ ਜ਼ਿਆਦਾ ਵਸੀਲੇ ਆ ਉਹ ਲੇਡੀਜ਼ ਵਾਸਤੇ ਉਤਸ਼ਾਹਿਤ ਕਰਨ ਲਈ ਉਹ 3 ਲੱਖ ਕਰੋੜ ਦਾ ਜਿਹੜਾ ਸਪੈਸ਼ਲ ਬਜਟ ਆ ਉਹ ਇਸ ਪਰਪਜ਼ ਲਈ ਰੱਖਿਆ ਗਿਆ। ਤੁਹਾਡੇ ਲਈ ਦੂਜੀ ਮੈਂ ਸਭ ਤੋਂ ਮੇਨ ਗੱਲ ਕਰਾਂਗਾ ਕਿ ਏਂਜਲਸ ਟੈਕਸ ਹੁੰਦਾ ਸੀਗਾ ਜਿਹਨੂੰ ਕਿ ਸਰਕਾਰ ਨੇ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ। ਏਂਜਲ ਟੈਕਸ ਜਿਹੜਾ ਸਟੈਂਡ ਕਰਦਾ ਸੀ ਕਿ ਮਾਰਕੀਟ ਦੇ ਵਿੱਚ ਲੈਟ ਸਪੋਜ਼ ਜੇ ਕੋਈ ਵੀ ਜਿਹੜਾ ਯੰਗਸਟਰ ਹੈ ਉਹ ਇੰਪਲੋਇਮੈਂਟ ਸ਼ੁਰੂ ਕਰਨਾ ਚਾਹੁੰਦਾ ਜਾਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ, ਤਾਂ ਉਹਦੇ ਲਈ ਇਨਵੈਸਟਮੈਂਟ ਲਈ ਹੈਲਪ ਕਰਦੇ ਸੀ। ਇਟ ਕਮਸ ਟੂ ਆ ਕਿ ਪਰਟੀਕੁਲਰ ਫੀਸ ਜਿਹੜੀ ਹੈ ਟੈਕਸ ਦੀ ਹੈ ਉਹ ਜਾਂਦਾ ਸੀਗਾ ਜਿਹੜਾ ਇੰਪਲੋਇਰ ਨਵੇਂ ਇੰਪਲੋਇਰ ਦੇ ਜਾਂ ਨਵੇਂ ਬਿਜ਼ਨਸਮੈਨ ਦੇ ਜੇਬ ਦੇ ਵਿੱਚੋਂ, ਤਾਂ ਸਰਕਾਰ ਨੇ ਉਹ ਜਿਹੜਾ ਟੈਕਸ ਆ ਉਹ ਬਿਲਕੁਲ ਹੀ ਖਤਮ ਕਰ ਦਿੱਤਾ। ਇਹਦੇ ਨਾਲ ਕੀ ਹੈ ਕਿ ਜਿਹੜਾ ਕਿਸੇ ਨਾ ਕਿਸੇ ਤਰੀਕੇ ਦਾ ਟੈਕਸ ਜਾਂ ਖਰਚਾ
ਇੱਕ ਪਰਟੀਕੁਲਰ ਏਜੰਸੀ ਨੂੰ ਇੱਕ ਪਰਟੀਕੁਲਰ ਮੈਨ ਪਾਵਰ ਨੂੰ ਜਾਂਦਾ ਸੀ, ਉਹ ਬਿਲਕੁਲ ਹੁਣ ਬੰਦ ਹੋ ਜਾਏਗਾ। ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਪ੍ਰਧਾਨ ਮੰਤਰੀ ਗਰੀਬ ਆਵਾਸ ਯੋਜਨਾ, ਉਹਦੇ ਤਹਿਤ 1 ਕਰੋੜ ਹੈ ਜਿਹੜੇ ਘਰ ਹੈ ਜਿਹੜੇ ਉਹ ਜਿਹੜੇ 5 ਸਾਲ ਲਈ ਐਕਸਟੈਂਡ ਕਰਦੇ ਆ ਮੋਦੀ ਸਰਕਾਰ ਦੇ ਵਿੱਚ, ਕਿ 10 ਲੱਖ ਕਰੋੜ ਦੀ ਜਿਹੜੀ ਹੈ ਰਾਸ਼ੀ ਇਹਦੇ ਵਾਸਤੇ ਰੱਖੀ ਗਈ ਹੈ। ਮੈਂ ਫੋਰ ਐਗਜ਼ਾਮਪਲ ਦੱਸਣਾ ਚਾਹੁੰਦਾ ਕਿ ਮੈਂ ਰੀਸੈਂਟਲੀ ADC ਡਿਵੈਲਪਮੈਂਟ ਰੋਪੜ ਨੂੰ ਮਿਲਿਆ ਸੀ, ਕਿਉਂਕਿ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਇਹ ਆਮ ਲੋਕਾਂ ਦੀਆਂ ਜਿਹੜੀਆਂ ਨੇ ਸ਼ਿਕਾਇਤਾਂ ਸਾਡੇ ਤੱਕ ਆ ਰਹੀਆਂ ਸੀ ਕਿ ਜਿਹੜਾ ਉਹ ਪੋਰਟਲ ਹੈ ਉਹ ਪੋਰਟਲ ਦੇ ਉੱਤੋਂ ਕਿਸੇ ਤਰ੍ਹਾਂ ਦਾ ਵੀ ਸਾਨੂੰ ਜਿਹੜਾ ਫਾਇਦਾ ਨਹੀਂ ਮਿਲ ਰਿਹਾ। ਜਦੋਂ ਮੈਂ ADC ਡਿਵੈਲਪਮੈਂਟ ਨਾਲ ਗੱਲ ਕੀਤੀ ਇਹਦੇ ਬਾਰੇ ਤਾਂ ਉੱਥੋਂ ਪਤਾ ਲੱਗਿਆ ਕਿ 2018 ਤੋਂ ਬਾਅਦ ਹੈ ਜਿਹੜਾ ਉਹ ਪੋਰਟਲ ਹੀ ਬੰਦ ਹੈ, ਕਿਉਂਕਿ ਉਹਦੇ ਵਿੱਚ ਸਰਪੰਚਾਂ ਨੂੰ ਵੀ ਜਿਹੜੇ ਸਪੈਸੀਫਿਕਲੀ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ, ਸਿਰਫ ਇਹ ਦੱਸਦੇ ਰਹੇ ਆ ਕਿ ਉੱਪਰੋਂ ਬੰਦ ਹੈ। ਲੇਕਿਨ ਬੇਸਿਕਲੀ ਕੀ ਹੈ ਕਿ ਸਰਕਾਰ ਸਟੇਟ ਗੌਰਮੈਂਟ ਵੱਲੋਂ ਹੀ ਜਿਹੜਾ ਹੈ ਪੋਰਟਲ ਹੈ ਉਹ ਬੰਦ ਕੀਤਾ ਹੋਇਆ ਸੀ, ਜਿਹਦੇ ਕਰਕੇ ਕਿ ਸੈਂਟਰਲ ਲੈਵਲ ਤੋਂ ਸੈਂਟਰ ਗੌਰਮੈਂਟ ਤੋਂ ਇਸ ਜਿਹੜੀ ਯੋਜਨਾ ਇਹਦਾ ਫਾਇਦਾ ਜਿਹੜਾ ਉਹ ਨਹੀਂ ਮਿਲ ਰਿਹਾ ਸੀਗਾ। ਸੋ ਅਗੇਨ ਮੈਂ ਦੱਸਣਾ ਚਾਹਾਂਗਾ ਕਿ 10 ਲੱਖ ਕਰੋੜ ਦਾ ਜਿਹੜਾ ਸਪੈਸ਼ਲੀ ਜਿਹੜਾ ਰੱਖ ਰਖਾਵ ਹੈ ਪੈਸੇ ਦਾ, ਉਹ 1 ਕਰੋੜ ਜਿਹੜੇ ਘਰ ਹੈ ਉਹ ਗਰੀਬ ਆਵਾਸ ਯੋਜਨਾ ਤਹਿਤ ਪ੍ਰਧਾਨ ਮੰਤਰੀ ਦੇ ਬਣਨੇ। ਸੈਕਿੰਡਲੀ ਜਿਹੜਾ ਡਿਫੈਂਸ ਬਜਟ ਹੈ, ਕਿਉਂਕਿ ਡਿਫੈਂਸ ਬਜਟ ਹੈ, ਜੇ ਮੈਂ UPA ਸਰਕਾਰ ਦੀ ਗੱਲ ਕਰਾਂ, ਕਿਉਂਕਿ ਲੰਮੇ ਸਮੇਂ ਤੋਂ UPA ਗੌਰਮੈਂਟ ਕਾਂਗਰਸ ਗੌਰਮੈਂਟ ਹੈ ਜਿਹੜੀ ਉਹ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਾਂ ਰਾਜ ਕਰਦੀ ਰਹੀ ਹੈ, ਤਾਂ ਸਿਰਫ ਔਰ ਸਿਰਫ 6.22 ਲੱਖ ਕਰੋੜ ਦਾ ਜਿਹੜਾ ਜ਼ਿਆਦਾ ਬਜਟ ਹੈ ਉਹ ਸਿਰਫ ਡਿਫੈਂਸ ਵਾਸਤੇ ਜਿਹੜਾ ਰੱਖਿਆ ਗਿਆ। ਕਿਉਂਕਿ ਡਿਫੈਂਸ ਦੀ ਸਿਸਟਮ ਦੀ ਜੇ ਗੱਲ ਕਰੀਏ ਤਾਂ ਇੰਡੀਆ ਇਸ ਨਾਓ ਬਿਕਮਿੰਗ ਅ 3rd largest ਜਿਹੜੀ ਆਰਮੀ ਹੈ ਉਹ ਸਾਡੀ ਹੋ ਚੁੱਕੀ ਹੈ। ਸੋ ਉਸ ਦੇ ਲਈ ਉਸ ਅਕੋਰਡਿੰਗਲੀ ਆਪਣੇ ਆਪ ਨੂੰ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ, ਸੀਮਾ ਨੂੰ ਸੁਰੱਖਿਅਤ ਰੱਖਣ ਲਈ ਜਿਹੜਾ ਹੈ ਇਸ ਚੀਜ਼ ਨੂੰ ਡਿਵੈਲਪ ਕੀਤਾ ਗਿਆ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਜਿਹੜੇ ਜੈਟਸ ਨੇ ਜਾਂ ਜਿਹੜੇ ਚੌਪਰਸ ਨੇ ਜਾਂ ਜਿਹੜੇ ਤੁਸੀਂ ਸਮਝਦੇ ਹੋ ਕਿ ਟੈਂਕਸ ਨੇ ਉਹ ਜਿਹੜੇ ਆ ਇੰਡੀਆ ਦੇ ਵਿੱਚ ਹੀ ਡਿਵੈਲਪ ਕਰਕੇ ਇਹ ਇਸ ਚੀਜ਼ ਦਾ ਬਜਟ ਦਾ ਵਾਧਾ ਕੀਤਾ ਗਿਆ। ਦੂਜਾ ਜਿਹੜਾ ਸਭ ਤੋਂ ਚੰਗੀ ਮੈਂ ਯੋਜਨਾ ਜਿਹੜੀ ਮੈਨੂੰ ਪਰਸਨਲੀ ਲੱਗੀ ਹੈ ਉਹ ਹੈ PM ਸੂਰਿਆ ਉਦੈ ਯੋਜਨਾ। ਸੂਰਿਆ ਉਦੈ ਯੋਜਨਾ ਇਹ ਹੈ ਜਿਹਦੇ ਵਿੱਚ ਕਿ ਸਾਡੀ ਰਾਜ ਸਰਕਾਰ ਹੀ ਹੈ ਜਿਹੜੀ ਕਹਿੰਦੀ ਕਿ 300 ਯੂਨਿਟ ਆ ਜਿਹੜੇ ਬਿਜਲੀ ਦੇ ਅਸੀਂ ਫ੍ਰੀ ਕੀਤੇ ਆ। ਇਹ ਜਿਹੜੀ ਸੂਰਿਆ ਉਦੈ ਯੋਜਨਾ ਹੈ ਇਹ ਸਭ ਤੋਂ ਵਧੀਆ ਇਸ ਕਰਕੇ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਹੈ ਜਿਹੜੀ ਐਨਰਜੀ ਹੈ ਜਿਹੜੀ ਬਿਜਲੀ ਹੈ ਉਹ ਡਾਇਰੈਕਟਲੀ ਜਿਹੜੀ ਹੈ ਸੋਲਰ ਸਿਸਟਮ ਦੇ ਨਾਲ ਹੈ ਜਿਹੜੀ ਉਹ ਜਿਹੜੀ ਉੱਥੋਂ ਬਣਨੀ ਸ਼ੁਰੂ ਹੋਣੀ ਹੈ। ਔਰ ਇਹਦੇ ਵਿੱਚ ਮਹਿਜ਼ ਜਿਹੜਾ ਇੱਕ ਘਰ ਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਘਰ ਦੀ 20 ਤੋਂ 25 ਹਜ਼ਾਰ ਦੀ ਲਾਗਤ ਹੈ ਜਿਹੜੀ ਸਿਰਫ ਉਹ ਇਹਨੂੰ ਇੰਸਟਾਲ ਕਰਨ 'ਤੇ ਆਉਣੀ ਹੈ, ਰੈਸਟ ਆਫ ਦੀ ਜਿਹੜੀ ਅਮਾਊਂਟ ਹੈ ਉਹ ਜਿਹੜੀ ਹੈ ਉਹ ਸਬਸਿਡਾਈਜ਼ ਹੈ ਸਾਰੀ ਸਿਸਟਮ ਜਿਹੜਾ ਹੈਗਾ। ਔਰ ਉਹਦੇ ਵਿੱਚ ਕੀ ਹੈ ਕਿ ਜੇ ਤੁਸੀਂ ਬੈਸਟ ਪਾਰਟ ਇਹ ਹੈ ਕਿ ਤੁਹਾਡੇ ਘਰ ਦੀ ਇੱਕ ਪਰਟੀਕੁਲਰ ਜਿਹੜੀ ਯੂਨਿਟਸ ਹੈ ਉਹਨੂੰ ਕੰਜ਼ਿਊਮ ਕਰਨ ਤੋਂ ਬਾਅਦ ਜੇ ਕੋਈ ਯੂਨਿਟਸ ਬਚਦੀਆਂ ਨੇ ਤਾਂ ਉਹ ਤੁਸੀਂ ਡਾਇਰੈਕਟਲੀ ਜਿਹੜੀ ਸਰਕਾਰ ਨੂੰ ਵੇਚ ਸਕਦੇ ਹੋ, ਤਾਂ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਬਿਜਲੀ ਹੈ ਉਹ ਫ੍ਰੀ ਤਾਂ ਹੋਈ ਪਲੱਸ ਤੁਸੀਂ ਉਹਨੂੰ ਵੇਚ ਵੀ ਸਕਦੇ ਹੋ। ਤਾਂ ਇਹ ਜਿਹੜੀ ਹੈ ਪ੍ਰਧਾਨ ਮੰਤਰੀ ਸੂਰਿਆ ਉਦੈ ਯੋਜਨਾ ਇਹ ਜਿਹੜੀ ਹੈ ਇੰਪਲੀਮੈਂਟ ਕੀਤੀ ਗਈ ਹੈ ਸਰਕਾਰ ਵੱਲੋਂ, ਔਰ ਸਰਕਾਰ ਇਹ ਚੀਜ਼ 'ਤੇ ਪੂਰਾ ਜ਼ੋਰ ਲਗਾ ਰਹੀ ਹੈ ਕਿ ਪੂਰੇ ਦੇਸ਼ ਦੇ ਵਿੱਚ ਇਹ ਯੋਜਨਾ ਜਿਹੜੀ ਉਹ ਬਿਹਤਰ ਤਰੀਕੇ ਨਾਲ ਲਾਗੂ ਹੋਵੇ ਤਾਂ ਕਿ ਆਮ ਜਨਤਾ ਨੂੰ ਇਹਦਾ ਸਭ ਤੋਂ ਵੱਧ ਫਾਇਦਾ ਜਿਹੜਾ ਉਹ ਹੋ ਸਕੇ। ਬਾਕੀ ਇੱਦਾਂ ਦੀਆਂ ਕਈ ਰੋਜ਼ਮਰਾਂ ਦੀਆਂ ਚੀਜ਼ਾਂ ਬਹੁਤ ਜ਼ਰੂਰੀ ਚੀਜ਼ਾਂ ਜਿਹੜੀਆਂ ਨੇ ਉਹ ਟੈਕਸ ਦੇ ਸਲੈਬ ਨੂੰ ਬਹੁਤ ਜ਼ਿਆਦਾ ਘਟਾ ਕੇ ਸਸਤੀਆਂ ਕੀਤੀਆਂ ਗਈਆਂ। ਫੋਰ ਐਗਜ਼ਾਮਪਲ ਸੋਨਾ ਅਤੇ ਚਾਂਦੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਦੇਖੋ ਆਇੰਟਮੈਂਟਸ ਦੀ ਭਰਮਾਰ ਹੈ ਜਿਹੜੀ ਉਹ ਨੋਰਮਲੀ ਵਿਆਹ ਸ਼ਾਦੀਆਂ ਦੇ ਵਿੱਚ
ਲਗਭਗ ਹਰ ਸਾਲ ਦੇ ਵਿੱਚ ਇਹ ਚੀਜ਼ਾਂ ਦਾ ਵਾਧਾ ਹੁੰਦਾ ਰਹਿੰਦਾ, ਤਾਂ ਸੋਨੇ ਔਰ ਚਾਂਦੀ ਦੇ ਉੱਤੇ ਟੈਕਸ ਘਟਾ ਕੇ ਆਈ ਥਿੰਕ ਅਰਾਊਂਡ 3,000 ਦੇ ਲਗਭਗ ਤਾਂ ਸੋਨਾ ਜਿਹੜਾ ਹੈ ਡਾਊਨ ਆ ਗਿਆ, ਚਾਂਦੀ ਵੀ ਲਗਭਗ ਜਿਹੜੀ ਪਰ ਕਿਲੋ ਦੇ ਉੱਪਰ ਕਾਫ਼ੀ ਜ਼ਿਆਦਾ ਡਾਊਨਫੋਲ 'ਤੇ ਆ ਗਈ ਹੈ। ਮੋਬਾਈਲ ਫੋਨਸ ਆ ਜਿਹੜੇ ਹਰ ਬੰਦੇ ਦੇ ਮਤਲਬ ਯੂਜਿਸ ਦਾ ਇੱਕ ਹਿੱਸਾ ਬਣ ਚੁੱਕੇ, ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਆ, ਉਹਦੇ ਉੱਪਰ ਟੈਕਸ ਦੇ ਜਿਹੜੀ ਹੈ ਸਲੈਬ ਨੂੰ ਬਹੁਤ ਜ਼ਿਆਦਾ ਡਿਕਰੀਜ਼ ਕੀਤਾ ਗਿਆ, ਉਹ ਵੀ ਘਟਾਏ ਗਏ ਆ। ਸੋਲਰ ਸਿਸਟਮਸ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਉਹਨਾਂ ਦੇ ਉੱਪਰ ਵੀ ਟੈਕਸ ਦੀ ਘਟਾਈ ਗਈ ਹੈ। ਲਾਸਟ ਪੰਜਾਬ ਸਰਕਾਰ ਗੱਲ ਕਰਦੀ ਹੈ ਕਿ ਅਸੀਂ ਜਿਹੜਾ ਪੰਜਾਬ ਦੇ ਲਈ, ਪੰਜਾਬੀਅਤ ਦੇ ਲਈ, ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਅਲੱਗ ਅਲੱਗ ਪਹਿਲੂਆਂ ਦੇ ਉੱਤੇ ਕੰਮ ਕਰ ਰਹੇ ਹਾਂ। ਸੋ ਰੀਸੈਂਟਲੀ ਜਿਹੜਾ ਹੈ ਮੈਂ ਗੱਲ ਕਰਨੀ ਚਾਹਾਂਗਾ ਆਨੰਦ ਮੈਰਿਜ ਐਕਟ ਦੀ, ਕਿ ਅਸਾਮ ਦੇ ਵਿੱਚ, ਅਸਾਮ ਜਿਹੜੀ ਹੈ ਸਟੇਟ ਹੈ, ਇਹ ਇਟ ਇਜ਼ ਗੋਇੰਗ ਟੂ ਬੀ ਦਾ 18th ਜਿਹੜੀ ਸਟੇਟ ਹੈ, 18th ਸਟੇਟ ਜਿਹੜੀ ਹੋ ਚੁੱਕੀ ਹੈ, ਜਿਹਨੇ ਜਦੋਂ ਵੀ UP ਦੀ ਸਰਕਾਰ ਰਹੀ ਹੈ ਉਹਨਾਂ ਨੇ ਤਾਂ ਨੈਸ਼ਨਲ ਕਮਿਸ਼ਨ ਫੋਰ ਮਾਈਨੋਰਿਟੀਜ਼ ਦਾ ਜਿਹੜਾ ਡਿਪਾਰਟਮੈਂਟ ਹੈ ਉਹਨੂੰ ਅੱਖੋਂ ਪਰਖੇ ਰੱਖਿਆ। ਜਦੋਂ ਵੀ ਇਹ ਗੱਲ ਸਰਕਾਰ ਦੇ ਧਿਆਨ ਦੇ ਵਿੱਚ ਲਿਆਂਦੀ ਹੈ ਤਾਂ ਉਹ ਕੇਵਲ ਅਤੇ ਕੇਵਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਮੇਂ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਵੀ ਅਟਲ ਬਿਹਾਰੀ ਮਰਹੂਮ ਅਟਲ ਬਿਹਾਰੀ ਵਾਜਪੇਈ ਜੀ ਜਿਸ ਵੇਲੇ ਪ੍ਰਧਾਨ ਮੰਤਰੀ ਸੀ, ਉਸ ਵੇਲੇ ਵੀ ਸਰਦਾਰ ਤਰਲੋਚਨ ਸਿੰਘ ਨੇ 2 ਵਾਰੀ ਇਸ ਚੀਜ਼ ਨੂੰ ਜਿਹੜਾ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਸੀ, ਔਰ ਦੂਜੀ ਵਾਰੀ ਵੀ ਹੁਣ ਜੇ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਦੇਸ਼ ਦੇ ਵਿੱਚ ਨਰਿੰਦਰ ਭਾਈ ਮੋਦੀ ਜਿਹੜੇ ਪ੍ਰਧਾਨ ਮੰਤਰੀ ਨੇ, ਤਾਂ ਫਿਰ ਇੱਕ ਵਾਰੀ ਇਹ ਗੱਲ ਉੱਠ ਕੇ ਸਾਹਮਣੇ, ਸਿੱਖਾਂ ਨੂੰ ਜਿਹੜਾ ਹੈ ਇੱਕ ਵੱਖਰੀ ਆਈਡੈਂਟੀ ਦੀ ਜ਼ਰੂਰਤ ਹੈ, ਬਿਕੋਜ਼ ਸਿੱਖ ਇਜ਼ ਅ ਡਿਫਰੈਂਟ ਰਿਲੀਜਨ, ਤਾਂ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਹਿੰਦੂ ਮੈਰਿਜ ਐਕਟ ਦੇ ਵਿੱਚ ਯੂਜਲੀ ਹੈ ਜਿਹੜਾ ਉਹ ਪਾਸ ਕੀਤਾ ਜਾਂਦਾ ਜਦੋਂ ਮੈਰਿਜ ਐਕਟ ਰਜਿਸਟਰ ਹੁੰਦੀ ਹੈ। ਸੋ ਉਸੇ ਤਹਿਤ ਇਕਬਾਲ ਸਿੰਘ ਲਾਲਪੁਰਾ ਨੇ ਦੁਬਾਰਾ ਇਹ ਬੀੜਾ ਚੁੱਕਿਆ ਔਰ ਕਾਫ਼ੀ ਹੱਦ ਤੱਕ ਉਹਨਾਂ ਨੂੰ ਸਫਲਤਾ ਜਿਹੜੀ ਇਹ ਹਾਸਿਲ ਵੀ ਹੋਈ, ਕਿਉਂਕਿ 18 ਸਟੇਟਾਂ ਦੇ ਵਿੱਚ ਇਹ ਲਾਗੂ ਹੋ ਚੁੱਕੀ ਹੈ ਚੀਜ਼, ਤਾਂ ਐਕਸਪੈਕਟ ਕੀਤਾ ਜਾ ਰਿਹਾ ਕਿ ਪੰਜਾਬ ਸਰਕਾਰ ਵੀ ਇਹਨੂੰ ਲਾਗੂ ਕਰੇ। ਬਜਟ ਦੀ ਗੱਲ ਕਰੀਏ, ਤੁਸੀਂ ਦੇਖਿਆ ਪੰਜਾਬ ਨੂੰ ਕੁਛ ਮਿਲਿਆ ਇਸ ਬਜਟ? ਨਹੀਂ, ਦੇਖੋ ਮੇਰੀ ਉਹ ਗੱਲ ਫਿਰ ਉਹ ਸਿਆਸੀ ਉਹਦੇ ਨਾਲ ਸੰਬੰਧਿਤ ਹੋ ਜਾਂਦੀ ਹੈ। ਪੰਜਾਬ ਨੂੰ ਹਰ ਤਰ੍ਹਾਂ ਦੇ ਨਾਲ, ਦੇਖੋ ਜਿਹੜੀ ਗੱਲ ਡਿਵੈਲਪਮੈਂਟ ਦੀ ਹੈ, ਡਿਵੈਲਪਮੈਂਟ ਪੰਜਾਬ ਦੇ ਵਿੱਚ ਆਲਰੇਡੀ ਚੱਲ ਰਹੀ ਹੈ, ਸੜਕਾਂ ਦੀ ਲੈ ਕੇ ਨੈਸ਼ਨਲ ਹਾਈਵੇਜ਼ ਤੋਂ ਲੈ ਕੇ ਇਨਫਰਾਸਟ੍ਰਕਚਰ ਤੱਕ ਜਿਹੜੀ ਹੈ ਉਹ ਗੱਲ ਚੱਲ ਰਹੀ ਹੈ। ਗੱਲ ਕੀ ਹੈ, ਪੰਜਾਬ ਦੇ ਵਿੱਚ ਮੁੱਦਾ ਜਿਹੜਾ ਹੈ ਇਸ ਵੇਲੇ ਸਭ ਤੋਂ ਜ਼ਿਆਦਾ ਭਾਰੀ ਹੈ ਬੇਰੁਜ਼ਗਾਰੀ ਦਾ ਔਰ ਨਸ਼ੇ ਦਾ। ਨਸ਼ੇ ਦੇ ਉੱਤੇ ਸਰਕਾਰ ਲਗਾਤਾਰ ਜਿਹੜੀ ਹੈ, ਤੁਸੀਂ ਦੇਖ ਰਹੇ ਹੋਣਾ ਕਿ ਜਿਹੜੀਆਂ ਬਾਰਡਰ ਦੇ ਉੱਤੇ ਜਿਹੜੀਆਂ ਸਿਕਿਉਰਿਟੀਜ਼ ਹੈ ਉਹ ਬਿਲਕੁਲ ਸਟਰੋਂਗ ਕੀਤੀਆਂ ਹੋਈਆਂ। ਮੁਦਰਾ ਯੋਜਨਾ ਦੇ ਬਜਟ, ਇਸ ਬਜਟ 'ਚ ਪੰਜਾਬ ਲਈ ਕੁਛ ਹੈਗਾ ਜੋ ਰੌਲਾ ਪਾਉਂਦੀ ਹੈਗਾ? ਦੇਖੋ ਸਪੈਸੀਫਿਕਲੀ ਪੰਜਾਬ ਨੂੰ ਲੈ ਕੇ ਨੈਸ਼ਨਲ ਪੱਧਰ 'ਤੇ ਲੈ ਕੇ ਜਾਣਾ ਇਹ ਇੱਕ ਰਾਜਨੀਤੀ ਦਾ ਹਿੱਸਾ ਜਿਹੜੀ ਕਾਂਗਰਸ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਰਹੀ ਹੈ। ਦੇਖੋ ਜਿਹੜਾ ਬਜਟ ਹੈ ਉਹ ਦੇਸ਼ ਵਿਆਪੀ ਹੁੰਦਾ, ਉਹ ਦੇਸ਼ ਦੇ ਹਰ ਪ੍ਰਾਂਤ ਲਈ, ਹਰ ਕੋਨੇ ਲਈ ਇਕੁਅਲੀ ਮੈਟਰ ਕਰਦਾ। ਤਾਂ ਜੇ ਮੁਦਰਾ ਯੋਜਨਾ ਦੀ ਗੱਲ ਕਰੀਏ ਉਹ ਜਿਹੜੀ ਡਬਲ ਹੋਈ ਹੈ ਉਹ ਪੰਜਾਬ ਦੇ ਨੌਜਵਾਨਾਂ ਦੇ ਲਈ, ਬਿਹਾਰ ਨੂੰ ਬਾਕੀ ਸਟੇਟਾਂ ਨੂੰ ਸਪੈਸ਼ਲ ਪੈਕੇਜ ਦਿੱਤੇ ਗਏ ਹੈ, ਤਾਂ ਕੀ ਪੰਜਾਬ ਲਈ ਕੋਈ ਸਪੈਸ਼ਲ ਬਾਰਡਰ ਸਟੇਟ ਹੋਣ ਕਰਕੇ ਡਿਮਾਂਡ ਕੀਤੀ ਜਾ ਰਹੀ ਸੀ? ਪੰਜਾਬ ਬਾਰਡਰ ਸਟੇਟ ਹੈ ਔਰ ਪੰਜਾਬ ਰਿਜ਼ਰਵ ਕਰਦਾ ਸਪੈਸ਼ਲ ਪੈਕੇਜ ਦੇ ਲਈ, ਸਪੈਸ਼ਲ ਪੈਕੇਜ ਤਾਂ ਕੋਈ ਮਿਲਿਆ ਨਹੀਂ, ਵੈਸੇ ਵੀ ਕੁਛ ਨਹੀਂ ਮਿਲਿਆ ਓਪੋਜੀਸ਼ਨ ਪਾਰਟੀਆਂ ਦਾ ਕਹਿਣਾ? ਨਹੀਂ ਨਹੀਂ, ਦੇਖੋ ਓਪੋਜੀਸ਼ਨ ਪਾਰਟੀਆਂ ਦਾ ਤਾਂ ਕੰਮ ਹੀ ਸਿਰਫ ਇੱਕ ਹੈ ਕਿ ਉਹਨਾਂ ਨੇ ਹਰ ਪੱਖੋਂ ਬਜਟ ਨੂੰ ਜਿਹੜਾ ਹੈ ਭੰਡਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਦੇਖੋ ਇਨਫਰਾਸਟ੍ਰਕਚਰ ਆਲਰੇਡੀ ਜਿਹੜਾ ਪੰਜਾਬ ਦਾ ਹੈ ਉਹ ਅੰਡਰ ਪ੍ਰੋਸੈਸ ਹੈ, ਕਿਉਂਕਿ ਦੇਸ਼ ਦੇ ਵਿੱਚ ਬਹੁਤ ਅਜਿਹੇ ਹਿੱਸੇ ਹੈ ਜਿੱਥੇ ਜ਼ਿਆਦਾਤਰ ਲੋਕ ਬਿਲੋ ਪਾਵਰਟੀ ਲਾਈਨ ਹੈ। ਪੰਜਾਬ ਇੱਕ ਖੁਸ਼ਹਾਲ ਰਾਜ ਹੈ, ਪੰਜਾਬ ਦੀ ਕਿਸਾਨੀ ਨੂੰ ਵਧਾਉਣ ਲਈ ਸਪੈਸ਼ਲ ਪੈਕੇਜ ਆ ਜਿਹੜਾ ਉਹ ਦੇਸ਼ ਦੇ ਵੀ ਉਹਦੇ ਵਿੱਚ ਰੱਖਿਆ ਗਿਆ, ਜਿਹਦੇ ਵਿੱਚ ਜਿਹੜਾ ਹੈ ਇੱਕ ਤਿਹਾਈ ਹਿੱਸਾ ਜਿਹੜਾ ਹੈ ਉਹ ਲਗਭਗ ਕਿਸਾਨੀ ਨੂੰ ਸਮਰਪਿਤ ਹੈ। ਕਿਸਾਨੀ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹੈ।
ਦੂਜੀ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਕਿ ਜਿਹੜਾ ਇਨਫਰਾਸਟ੍ਰਕਚਰ ਨੌਜਵਾਨਾਂ ਲਈ ਹੈ, ਜੇ 1 ਲੱਖ ਜੇ 1 ਕਰੋੜ ਨੌਜਵਾਨ ਹੈ ਜਿਹੜਾ ਉਹ ਦੇਸ਼ ਦਾ ਨੌਜਵਾਨ ਹੈ, ਉਹਦੇ ਵਿੱਚ ਪੰਜਾਬ ਦੇ ਨੌਜਵਾਨ ਵੀ ਵਿੱਚ ਇੰਡਲਜ ਹੈ, ਤਾਂ ਉਹ ਜਿਹੜੀ ਮੁਦਰਾ ਯੋਜਨਾ ਹੈ ਜਾਂ ਜਿਹੜੀ ਸਟਾਰਟਅਪ ਲੋਨਸ ਹੈ ਉਹ ਵੀ ਹੈ ਜਿਹੜੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਯੋਜਨਾਵਾਂ ਨੇ ਜਿਹੜੀਆਂ ਇੰਨ ਬਿੰਨ ਪੰਜਾਬ ਦੇ ਵਿੱਚ ਕੇਂਦਰ ਦੇ ਵਿੱਚ ਲਾਗੂ ਹੀ ਨਹੀਂ ਹੁੰਦੀਆਂ, ਕਿਉਂਕਿ ਜਿਹੜੀ ਲੋਕਾਂ ਨੂੰ ਅਵੇਅਰਨੈਸ ਹੈ ਸਟੇਟ ਗੌਰਮੈਂਟ ਨੇ ਦੇਣੀ ਹੁੰਦੀ ਹੈ। ਲੈਕ ਆਫ ਦੀ ਅਵੇਅਰਨੈਸ ਅਮੰਗਸ ਦਾ ਪੀਪਲ ਇਹ ਇੱਕ ਕਾਰਨ ਹੈ ਜਿਹੜਾ ਕਿ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਕਿਤੇ ਨਾ ਕਿਤੇ ਹਜੇ ਤੱਕ ਵੀ ਪਛੜਿਆ ਰਿਹਾ। ਲੇਕਿਨ ਸਰਕਾਰਾਂ ਦਾ ਪੂਰਾ ਜ਼ੋਰ ਹੈ, ਕੇਂਦਰ ਸਰਕਾਰ ਦਾ ਪੂਰਾ ਜ਼ੋਰ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਕੇਂਦਰ ਦੀ ਹਰ ਸਕੀਮ ਹੈ ਜਿਹੜੀ ਇਨ ਬਿੱਲ ਲਾਗੂ ਕੀਤੀ ਜਾਵੇ। ਦੇਖੋ ਹਰ ਤਰ੍ਹਾਂ ਦੀ ਇੱਦਾਂ ਨੇ, ਮੈਂ ਅਗੇਨ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਕੇਂਦਰ ਦਾ ਜਿਹੜਾ ਰਵੱਈਆ ਹੈ ਉਹ ਸਮੁੱਚੇ ਦੇਸ਼ ਦੇ ਪ੍ਰਤੀ ਇੱਕ ਤਰ੍ਹਾਂ ਦਾ ਹੋਏਗਾ, ਕਿਉਂਕਿ ਪੰਜਾਬ ਦਾ ਜਿਹੜਾ ਹੈ ਇੱਕ ਤਰ੍ਹਾਂ ਦਾ ਤਾਂ 15,000 ਕਰੋੜ ਦਾ ਪੈਕੇਜ ਬਿਹਾਰ ਨੂੰ ਮਿਲ ਗਿਆ, ਇੱਥੇ ਕੁਛ ਮਿਲ ਜਾਂਦਾ ਸਟੇਟ ਦਾ। ਦੇਖੋ 15,000 ਕਰੋੜ ਦਾ ਪੈਕੇਜ ਜੇ ਬਿਹਾਰ ਨੂੰ ਮਿਲਿਆ ਤਾਂ ਬਿਹਾਰ ਦੇ ਸਰਕਮਸਟਾਂਸਿਸ ਦੇ ਅਕੋਰਡਿੰਗਲੀ ਮਿਲਿਆ ਹੈਗਾ, ਤਾਂ ਉਹ ਰੈਸਟ ਆਫ ਦਾ ਜਿਹੜਾ ਜਿਹੜੀ ਹੈਗੀਆਂ ਸਟੇਟਸ ਨੇ, ਪੰਜਾਬ ਹੀ ਨਹੀਂ ਦੇਸ਼ ਦੇ ਵਿੱਚ ਅਜਿਹੀਆਂ ਬਹੁਤ ਜ਼ਿਆਦਾ ਸਟੇਟਸ ਨੇ, ਜਿੱਦਾਂ ਕਿ ਮੈਂ ਤੁਹਾਨੂੰ ਗੱਲ ਕਰਾਂ ਈਸਟ ਇੰਡੀਆ ਦੇ ਵਿੱਚ, ਤਾਂ ਉੱਥੇ ਵੀ ਕਿਸੇ ਤਰ੍ਹਾਂ ਦਾ ਕੋਈ ਸਪੈਸ਼ਲ ਜਿਹੜੀ ਅਨਾਊਂਸਮੈਂਟ ਹੈ ਉਹ ਸਿਰਫ ਨਹੀਂ ਕੀਤੀ ਗਈ, ਉਹ ਸਿਰਫ 1-2 ਸਟੇਟਾਂ ਨੂੰ ਜਿਹੜੀ ਹੈ ਉਹ ਕਿਹਦੇ ਕਰਕੇ ਕੀਤੀ ਗਈ ਹੈ, ਕਿਉਂਕਿ ਉੱਥੇ ਕਿਤੇ ਨਾ ਕਿਤੇ ਮਾਰ ਹੈ ਜਿਹੜੀ ਉਹ ਕੁਦਰਤੀ ਮਾਰ ਵੀ ਬਹੁਤ ਜ਼ਿਆਦਾ ਜਿਹੜੀ ਉਹਨਾਂ ਸਟੇਟਾਂ ਦੇ ਵਿੱਚ ਰਹੀ ਹੈ। ਔਰ ਦੂਜੀ ਜਿਹੜੀ ਖਾਸ ਗੱਲ ਹੈ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਰੀਸੈਂਟਲੀ ਜਿਹੜਾ ਹੈ ਰੂਰਲ ਡਿਵੈਲਪਮੈਂਟ ਫੰਡ ਦੀ ਜਿਹੜੀ ਹੈ ਉਹ ਕਾਫੀ ਸਮੇਂ ਤੋਂ ਰੇੜਕਾ ਜਿਹੜਾ ਚੱਲਦਾ ਆ ਰਿਹਾ, ਕੇਂਦਰ ਸਰਕਾਰ ਨੇ 10 ਨੋਟੀਫਿਕੇਸ਼ਨਾਂ ਕੇਵਲ ਅਤੇ ਕੇਵਲ ਪਿਛਲੇ 2.5 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭੇਜਤੀਆਂ ਕਿ ਅਸੀਂ ਵੀ ਆਰ ਵੇਟਿੰਗ ਫੋਰ ਦਾ ਨੋਟੀਫਿਕੇਸ਼ਨ ਕਿ ਸਾਨੂੰ ਦੱਸੋ ਹਿਸਾਬ ਕਿਤਾਬ ਦਿਓ ਤਾਂ ਕਿ ਅਸੀਂ ਜਿਹੜਾ ਪੈਸਾ ਹੈ ਉਹ ਪੰਜਾਬ ਦਾ ਰਿਲੀਜ਼ ਕਰ ਸਕੀਏ। ਰੂਰਲ ਡਿਵੈਲਪਮੈਂਟ ਫੰਡ ਆ ਜਿਹੜਾ ਉਹ ਪੰਜਾਬ ਸਰਕਾਰ ਦੇ ਵਜ੍ਹਾ ਕਰਕੇ ਰੁਕਿਆ ਹੋਇਆ, ਪਿੰਡਾਂ ਦੇ ਵਿੱਚ ਡਿਵੈਲਪਮੈਂਟ ਰੁਕੀ ਹੋਈ ਹੈ, ਤਾਂ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਜਿਹੜਾ ਪਿਛਲਾ ਹਿਸਾਬ ਕਿਤਾਬ ਹੈ ਜੇ ਉਹ ਮੌਜੂਦਾ ਸਰਕਾਰ ਨਹੀਂ ਦੇ ਰਹੀ ਤਾਂ ਉਹਦੇ ਵਿੱਚ ਕੇਂਦਰ ਸਰਕਾਰ ਦੇ ਉੱਪਰ ਕਿੰਤੂ ਪਰੰਤੂ ਕਰਨਾ ਇਹਨਾਂ ਦਾ ਆਮ ਜੀ ਗੱਲ ਹੈ। ਔਰ ਮੇਰਾ ਇੱਕ ਕੁਐਸਚਨ ਹੈ ਜਿਹੜਾ ਉਹ ਤੁਹਾਡੇ ਮਾਧਿਅਮ ਰਾਹੀਂ ਇਹ ਹੈ ਕਿ ਰੂਰਲ ਡਿਵੈਲਪਮੈਂਟ ਫੰਡ RDF ਜਿਹਨੂੰ ਕਿਹਾ ਜਾਂਦਾ ਉਹਦਾ ਜਿਹੜਾ 10 ਜਿਹੜੀਆਂ ਨੋਟੀਫਿਕੇਸ਼ਨ 10 ਚਿੱਠੀਆਂ ਨੇ ਜਿਹੜੀਆਂ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਆ ਚੁੱਕੀਆਂ, ਉਹਦਾ ਹਿਸਾਬ ਕਿਤਾਬ ਹੈ ਜਿਹੜਾ ਉਹ ਪੰਜਾਬ ਸਰਕਾਰ ਦੇਵੇ, ਅਤੇ ਜਿਹੜਾ ਪੰਜਾਬ ਦਾ ਪੈਸਾ ਉੱਥੇ ਕੇਂਦਰ ਦੇ ਵਿੱਚ ਰੁਕਿਆ ਹੋਇਆ ਉਹ ਪੈਸਾ ਰਿਲੀਜ਼ ਕਰਾਵੇ। ਤੁਸੀਂ ਕੁਦਰਤੀ ਆਪ